ਚਲਦੇ ਗੱਡੀ ਲੋਕੋ ਨਾ ਲਿਓ, ਲੋਕੋ ਨਾ ਲਿਓ, ਲੈ 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 ਤੂੰ ਕੋਈ ਨਾ। ਬੇਟੀ ਜੀ ਸਾਡੀ ਦਰਦ ਹੋ ਰਿਹਾ ਸੀ, ਇਹਨਾਂ ਨੇ ਇਹਨਾਂ ਕੋਲ ਦਵਾਈ ਲੈਣੀ ਆਏ ਸੀ, ਇਹਨਾਂ ਨੇ ਬੇਟੀ 17 ਸਾਲ ਦੀ ਅੱਜ ਬੱਚੀ ਛੱਡ ਹੈ ਕਿੱਥੇ ਘਰ ਆ ਜੀ, ਉਹ ਚਰਨ ਤੁਰ ਨਹੀਂ ਸਕਦੀ ਜੀ, ਉਹ ਪਈ ਆ ਆਪਣੇ ਨਹੀਂ ਨਾੜਕਾ ਦੇ ਗੱਡੀ ਜੀ ਨਾੜ ਜੀ, ਇਹਨਾਂ ਨੇ ਆਪਰੇਸ਼ਨ ਦੇ ਵਿੱਚ ਨਾੜ ਕੱਟ ਹੀ ਪੈਣਾ ਜੀ, ਨਾੜ ਦਾ ਆਪਰੇਸ਼ਨ ਕਰਦੇ ਕਰਦੇ ਗਾਹਾਂ ਹੀ ਨਾੜ ਵੱਧ ਕੱਟ ਪਈ ਹੈ ਜੀ ਇਹਨਾਂ ਨੇ। ਕੀ ਨੌਕਰੀ ਇਹਨਾਂ ਨੂੰ ਕੁੜੀ ਦੇ ਦਰਦ ਹੁੰਦਾ ਸੀਗਾ ਜੀ, ਅਸੀਂ ਇਹ ਡਾਕਟਰ ਸਾਹਿਬ ਕੋਲ ਕੁੜੀ ਨੂੰ ਲੈ ਕੇ ਆਏ ਹਾਂ। ਕਦੋਂ ਲੈ ਕੇ ਆਏ ਸੀ? ਅਸੀਂ 5 ਤਰੀਕ ਨੂੰ ਲੈ ਕੇ ਆਏ ਸੀਗੇ ਜੀ 10ਵੇਂ ਮਹੀਨੇ। ਹੁਣ ਕੀ ਪ੍ਰੋਬਲਮ ਆਈ ਹੈ? ਇਹਨਾਂ ਨੇ ਜੀ ਪੈਂਟ ਸਾਨੂੰ ਸਕੈਨ ਨੂੰ ਭੇਜਿਆ ਸੀਗਾ, ਸਮੀਤਾ ਸੈਂਟਰ ਵਾਲੇ, ਸਮੀਤਾ ਸੈਂਟਰ ਵਾਲੇ ਸਕੈਨ ਕੋਲ ਭੇਜਿਆ ਸੀਗਾ, ਜਦ ਅਸੀਂ ਕੋਲ ਅਸੀਂ ਲੈ ਕੇ ਆਏ ਅਤੇ ਉਹਨਾਂ ਨੇ ਸਾਨੂੰ ਕਹਿੰਦਾ ਸਕੈਨ ਕਰਾ ਕੇ ਜਾਓ ਕੁੜੀ ਦੇ ਦਰਦ, ਅਤੇ ਉਹ ਸਮੀਤਾ ਸੈਂਟਰ ਵਾਲਿਆਂ ਨੇ ਸਾਨੂੰ ਸਕੈਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਦੀ ਨਾੜ ਫੱਟ ਗਈ, ਵੀ ਜਲਦੀ ਜਾ ਕੇ ਆਪਰੇਸ਼ਨ ਕਰਾ ਲਓ। ਨਾੜ ਕਿਹੜੀ ਫੱਟੀ? ਨਾੜ ਪੈਂਟ ਹੈ ਸਾਨੂੰ। ਅਤੇ ਫਿਰ ਹੁਣ ਕੀ ਮਸਲਾ ਜੀ ਕਰਨ ਲਾਈ ਉਹਦੇ? ਅਸੀਂ ਜੀ ਇਨਸਾਫ ਹੋਣਾ ਚਾਹੀਦਾ ਜੀ, ਕਿਸੇ ਕੀ ਗਲਤੀ ਡਾਕਟਰ ਸਾਹਮਣੇ? ਡਾਕਟਰ ਨੇ ਜੀ ਲੈਟਰੀਨ ਵਾਲੀ ਨਾੜ ਕੱਟੀ ਜੀ। ਪੁਸ਼ਟੀ ਡਾਕਟਰ ਸਾਹਿਬ ਨੇ ਜੀ, ਇਹਨਾਂ ਨੇ ਸਾਨੂੰ ਉੱਥੋਂ ਬੱਤੀ ਤੋਂ ਦੱਸਿਆ ਜੀ ਉਹਨਾਂ ਨੇ ਵੀ ਇਹਦੀ ਲੈਟਰੀਨ ਵਾਲੀ ਚੰਡੀਗੜ੍ਹ ਬੱਤੀ 'ਚ ਗਏ ਸੀ ਇਹਨਾਂ ਨੇ ਰੈਫਰ ਕੀਤੀ। ਲੜਕੀ ਸਾਡੀ ਪਿੰਡ ਆ ਜੀ। ਇੰਨੇ ਪੈਸੇ ਲਏ ਜਾਂਦੇ ਸਾਰੇ ਟ੍ਰੀਟਮੈਂਟ ਦੇ? ਇਹਨੇ ਸਾਡੇ 35,000 ਰੁਪਇਆ ਲਿਆ। ਸਾਨੂੰ ਪਤਾ ਲੱਗਿਆ ਕੋਈ ਹਸਪਤਾਲ ਦਾ ਵੀ ਦਬਾਅ ਬਣਾ ਰਹੇ? ਹਾਂਜੀ ਹਾਂਜੀ, ਸਾਡੇ ਉੱਥੇ ਪਿੰਡ ਬਹੁਤ ਇਹਨਾਂ ਦੇ ਬੰਦੇ ਆ ਗਏ। ਕੀ ਕਹਿ ਰਹੇ? ਉਹ ਸਾਨੂੰ ਆਹੀ ਕਹਿੰਦੇ ਸੀ ਵੀ ਸਾਡੇ ਨਾਲ ਫੈਸਲਾ ਕਰ ਦਿਓ। ਡਾਕਟਰ ਸਾਹਿਬ ਆਪ ਹੀ ਆਏ ਸੀਗੇ? ਨਹੀਂ, ਡਾਕਟਰ ਸਾਹਿਬ ਨਹੀਂ ਆਏ, ਇਹਦੇ ਭਰਾ ਆਏ ਸੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪੰਜਾਬ 'ਚੋਂ ਜੀ ਕਿਸੇ ਹੋਰ ਦੀ ਨਾ ਕਿਸੇ ਜ਼ਿੰਦਗੀ ਖਰਾਬ ਜੀ ਕੁੜੀ। ਕੰਪਲੇਂਟ ਕੀਤੀ ਹੈ ਜੀ? ਹਾਂਜੀ, ਅਸੀਂ ਕੰਪਲੇਂਟ ਕੀਤੀ, ਅਸੀਂ ਆਈ ਜੀ ਤਾਂ ਅਸੀਂ ਦੂਜਿਆਂ ਨੇ ਕੀਤੀ ਸੀ। ਕੀ ਹੋਇਆ? ਕੀ ਸੀਗਾ ਜੀ? ਦਰਦ ਹੋ ਰਿਹਾ ਸੀ ਨੋਰਮਲ, ਇਹਨਾਂ ਨੇ ਕੋਲ ਅਸੀਂ ਲੈ ਕੇ ਆਏ ਸੀ, ਇਹਨਾਂ ਨੇ ਕਹਿੰਦੇ ਵੀ ਸਕੈਨ ਕਰਾ ਲਿਆ, ਉਹ ਸਕੈਨ ਕਰਾਉਣ ਗਏ ਅਤੇ ਕੁੜੀ ਅਸੀਂ ਜਦ ਲਿਆ ਕੇ ਸਕੈਨ ਕਰਾ ਕੇ ਇੱਥੇ ਆਏ, ਇਹ ਜਾਂਦੇ ਕਹਿੰਦੇ ਵੀ ਕੁੜੀ ਦਾ 2 ਘੰਟੇ ਦੀ ਹੋਈ ਆ, ਵੀ ਕੁੜੀ ਦੀ ਜਾਨ ਨੂੰ ਖਤਰਾ ਹੈ, ਜਦ ਅਸੀਂ ਕੁੜੀ ਦਾ ਕਹਿੰਦੇ ਆਪਰੇਸ਼ਨ ਇਸ ਕਰਕੇ ਵੀ ਕੋਈ ਗੱਲ ਨਹੀਂ ਵੀ ਕੁੜੀ ਦੀ ਜਾਨ ਬਚਾ ਲਓ ਆਪਰੇਸ਼ਨ ਕਰ ਲਓ, ਅਤੇ ਇਹਨਾਂ ਨੇ ਆਪਰੇਸ਼ਨ ਦੇ ਵਿੱਚ ਲੈਟਰੀਨ ਵਾਲੀ ਨਾੜ ਕੱਟਤੀ ਹੈ ਅਤੇ 5 ਦਿਨ ਗੁੱਡੀ ਮੇਰੀ ਪਾ ਕੇ ਰੱਖੀ ਆ, ਅਤੇ ਇਹਨਾਂ ਨੇ ਉਹ ਨਹੀਂ ਦੇਖੀ, ਪੱਟੀ ਖੋਲ੍ਹ ਕੇ ਦੇਖੀ ਅਤੇ ਗੁੱਡੀ ਦੀ ਲੈਟਰੀਨ ਟਾਂਕਿਆਂ ਰਾਹੀਂ ਜਾਣ ਦਾ। ਆਪਰੇਸ਼ਨ ਕਿੱਥੇ ਹੋਇਆ ਸੀਗਾ? ਆਪਰੇਸ਼ਨ ਪੱਤਰ ਜੀ ਇਹਨਾਂ ਨੇ ਕਰਿਆ, ਜੈਪਾਲ ਰੋਤਰੀ ਇਹਨਾਂ ਨੇ ਕਰਿਆ। ਕਿੰਨੇ ਦਿਨ ਦਾਖਲ ਰਹੀ? 5 ਦਿਨ ਦਾਖਲ। ਤੁਸੀਂ
ਤੁਸੀਂ ਕੀ ਮੰਗ ਕਰਦੇ ਹੋ? ਸਾਫ਼ ਹੋਣਾ ਚਾਹੀਦਾ ਜੀ, ਇਹ ਕਿਸੇ ਦੀ ਮੇਰੀ ਬੇਟੀ ਦੀ ਜ਼ਿੰਦਗੀ ਜਮ੍ਹਾਂ ਹੀ ਖਰਾਬ ਕਰਤੀ, ਨਾ ਮੇਰੀ ਬੇਟੀ ਪੜ੍ਹਨ ਜੋਗੀ ਛੱਡੀ ਆ ਅਤੇ ਨਾ ਮੇਰੀ ਬੱਚੀ ਗਾਹਾਂ ਜਾਣ ਜੋਗੀ ਛੱਡੀ ਆ ਕਿਸੇ ਦੇ ਵੀ, ਕਿਸੇ ਹੋਰ ਵੀਰ ਭਰਾ ਨਾ ਕਿਸੇ ਨੇ ਐਸੇ ਹੋ, ਮੇਰੀ ਬੱਚੀ ਦੀ ਜ਼ਿੰਦਗੀ ਜਮ੍ਹਾਂ ਹੀ ਖਰਾਬ ਆ ਅਤੇ ਅਸੀਂ ਕਿਸੇ ਬੱਚੀ ਨੂੰ ਆਪਣੀ ਨੂੰ ਵਿਆਹ ਕਰ ਵੀ ਨਹੀਂ ਸਕਦੇ ਹੈਗੇ, ਇਸ ਦੀ ਮੇਰੀ ਬੱਚੀ ਦੀ ਜਮ੍ਹਾਂ ਹੀ, ਅਸੀਂ ਗਰੀਬ ਹੈ, ਸਾਡਾ ਇਹ ਗੈਡ ਜੋਗੇ ਵਾਲਾ ਕੰਮ ਇਹਨਾਂ ਨੇ ਸਾਡਾ ਜਮ੍ਹਾਂ ਹੀ ਉਹ ਕਰ ਦਿੱਤਾ, ਇਨਸਾਫ ਚਾਹੀਦਾ ਸਾਨੂੰ ਛੱਡ ਦੇ ਤੇ ਡਾਕਟਰ ਨੇ ਕਿਹਾ ਵੀ ਨਹੀਂ ਕਿਹਾ ਹੈਗਾ ਸਾਨੂੰ ਵੀ ਇਹ ਕੀ ਹੋ ਗਿਆ ਇਹਨੇ ਆਪਦੀ ਅਪੈਂਡਿਕਸ ਦਾ ਦਰਦ ਉੱਠਿਆ ਸੀਗਾ। ਅਸੀਂ ਸਰਜਨ ਬੁਲਾਇਆ ਸੀ ਡਾਕਟਰ ਗੁਰਰਾਜ, ਹੀ ਇਜ਼ ਐਮ ਐਸ ਲੈਪਰੋਸਕੋਪੀ ਸਰਜਨ ਹੈ, ਬਹੁਤ ਇੰਟੈਲੀਜੈਂਟ ਆ, ਉਹਨਾਂ ਨੇ ਸਰਜਰੀ ਕੀਤੀ, ਬੱਚੀ ਇੱਥੇ 4-5 ਦਿਨ ਦਾਖਲ ਰਹੀ, 2 ਦਿਨ ਫਾਲਤੂ ਹੀ ਰੱਖਿਆ ਸੀ ਵੀ ਇਹਦੀ ਕੰਮ ਦੇ 'ਚ ਕੋਈ ਕਮੀ ਪੇਸ਼ੀ ਨਾ ਰਹੇ। ਉਹਦੇ ਬਾਅਦ 'ਚੋਂ ਬੱਚੀ ਘਰ ਚਲੀ ਗਈ, ਘਰ ਜਾ ਕੇ ਇਹਨੂੰ ਉਸ ਦਿਨ ਜਾਂ ਅਗਲੇ ਦਿਨ ਜਦੋਂ ਵੀ ਪ੍ਰੋਬਲਮ ਆਈ ਆ ਕੋਈ, ਇਹਦੇ ਦਰਦ ਹੋਇਆ, ਮੈਂ ਕਿਹਾ ਤੁਸੀਂ ਪਹੁੰਚੋ, ਮੈਂ ਹੁਣੇ ਇਮੀਡੀਏਟਲੀ ਸਰਜਨ ਨੂੰ ਬੁਲਾਉਂਦਾ, ਸਰਜਨ ਹਾਜ਼ਰ ਹੋ ਗਏ। ਸਰਜਨ ਨੇ ਦੇਖ ਕੇ ਗੱਲ ਕਲੀਅਰ ਕੀਤੀ ਵੀ ਅਪੈਂਡਿਕਸ ਵਾਲਾ ਆਪਰੇਟ ਸਹੀ ਹੈ, ਇਹਦਾ ਇਹਨੂੰ ਨਾਲ ਪਰਫੋਰੇਸ਼ਨ ਹੋਈ ਹੋਈ ਆ, ਕਈ ਵਾਰ ਸੈਕਿੰਡ ਕੇਸ ਹੋ ਜਾਂਦਾ ਹੁੰਦਾ ਵਿੱਚੋਂ, ਆਪਰੇਟ ਦੀ ਨੌਬਤ ਆ ਜਾਂਦੀ ਆ ਸੈਕਿੰਡ ਦੀ, ਵੀ ਬੰਦੇ ਗਰੀਬ ਆ, ਆਪਾਂ ਇਹਨੂੰ ਬੈਟਰ 32 'ਚ ਕਰ ਦਈਏ ਰੈਫਰ। ਡਾਕਟਰ ਸਾਹਿਬ ਨੇ ਉਹਨੂੰ ਲੈਟਰ ਦੇ ਕੇ 32 'ਚ ਭੇਜਿਆ, ਬੱਚੀ ਬਿਲਕੁਲ ਫੁੱਲ ਐਂਡ ਮੈਂਟੇਨ ਐਂਡ ਸਹੀ ਹੋ ਗਈ ਆ। ਇੱਕ ਆਪਰੇਸ਼ਨ ਵਜਾ ਦੂਜੇ ਆਪਰੇਸ਼ਨ ਉੱਤੇ ਇੱਥੇ ਡਾਕਟਰ ਦਾ ਕੋਈ ਰੋਲ ਨਹੀਂ, ਲਿਖੀ ਹੋਈ ਦਿਖਾ ਦੇਣ ਸਾਨੂੰ ਤਾਂ ਸਰਜਨ ਦੀ ਡਿਗਰੀ ਕੈਂਸਲ ਕਰ ਦਿਓ, ਜੋ ਸਾਨੂੰ 32 ਵਿੱਚ ਉਹ ਦਿਖਾ ਦੇਣ ਵੀ ਇਹਦੀ ਕੋਈ ਨਾੜ ਗਲਤ ਕੱਟੀ ਹੋਈ ਹੈ, ਉਹ ਦੇ ਦੇਣ ਸਰਜਨ ਆਪਣੇ ਆਪ ਰਿਸਪੋਨਸੀਬਲ ਕੀਤਾ। ਵਾਹ, ਉਹ ਫਾਈਲ ਦੀ ਕਾਕੇ ਲਿਆ ਤੁਹਾਨੂੰ ਦਿਖਾਵਾਂ, ਮੈਂ ਆਪਰੇਟ ਕਿੱਥੋਂ ਕਰ ਲੂੰਗਾ, ਕਿਹੋ ਜੀ ਗੱਲ ਕਰਦੇ ਹੋ? ਮੈਂ ਇੱਕ ਬੀਐਮ ਡਾਕਟਰ ਜਨਰਲ ਪ੍ਰੈਕਟਿਸ ਕਰਦਾ, ਡਾਕਟਰ ਗੁੰਦਾ ਜਾ ਕੇ ਸਰਜਨ ਕਰ, ਇੱਥੇ ਹੋਊਗੀ ਸਰ ਫਾਈਲ ਸਾਹਿਬ, ਤੁਹਾਡੇ ਹਸਪੀਟਲ 'ਚ ਆਪਰੇਟ ਹੋ ਸਕਦਾ? ਬਿਲਕੁਲ ਹੋ ਸਕਦਾ, ਮੇਰੇ ਕੋਲ ਓਟੀ ਹੈਗੀ ਆ, ਮੇਰੇ ਕੋਲ ਉਹ ਮਸ਼ੀਨਾਂ ਹੈਗੀਆਂ ਜਿਹੜੀ ਇੱਥੇ ਆਮ ਡਾਕਟਰਾਂ ਕੋਲ ਨਹੀਂ ਹੈਗੀਆਂ, ਮੇਰੇ ਕੋਲ ਸੀ ਆਮ ਮਸ਼ੀਨ। ਰੈਗੂਲਰ ਡਾਕਟਰ ਕੌਣ ਕੌਣ ਪੈਂਦੇ ਨੇ ਜੀ? ਡਾਕਟਰ ਗੁਨਰਾਜ ਆਉਂਦੇ ਆ ਮੇਰੇ ਕੋਲ, ਡਾਕਟਰ ਧਰਮਪਾਲ ਵੀ ਆ ਕੇ ਆਪਰੇਟ ਕਰਕੇ ਗਏ ਹੋਏ ਆ, ਡਾਕਟਰ ਰੰਧਾਵਾ ਪੀਜੀਆਈ ਦੇ ਵਿੱਚੋਂ, ਆਪਣੇ ਲੈਪਰੋਸਕੋਪੀ ਯੂਰੋਲੋਜਿਸਟ ਉਹ ਵੀ ਆਉਂਦੇ ਆ ਮੇਰੇ ਕੋਲ, ਮੇਰੇ ਕੋਲ ਓਟੀ ਬਹੁਤ ਵਧੀਆ। ਤੁਹਾਡਾ ਕੋਈ ਫਾਲਟ ਨਹੀਂ ਹੋ ਗਿਆ? ਤੁਹਾਡੇ ਹੁੰਦੇ ਸੀ ਸਮਝੌਤਾ ਬਣਾਉਣ ਲਈ ਦਵਾ ਕਰਕੇ ਗਏ ਉੱਥੇ ਪਾ ਕੇ ਗਏ? ਮੇਰੀ ਗੱਲ ਤੁਹਾਨੂੰ, ਕੱਲ੍ਹ ਤੱਕ ਮੈਨੂੰ ਕੋਈ ਨਹੀਂ ਮਿਲੇ ਨਾ, ਮੈਨੂੰ ਕੱਲ੍ਹ ਤੱਕ ਗੱਲ ਪਤਾ ਸੀ, ਇੰਨੇ ਦਿਨ ਦੀ ਗੱਲ ਅੱਜ ਕਿਉਂ ਆਈ ਹੈ? ਅਪਰੇਟ ਤੋਂ ਬਾਅਦ ਇੱਕ ਵਾਰੀ ਵੀ ਉਹਨਾਂ ਦਾ ਕੋਈ ਬੰਦਾ ਮਿਲਿਆ, ਇੱਕ ਵਾਰੀ ਕਿਸੇ ਨੇ ਗੱਲ ਕੀਤੀ ਆ, ਮੈਨੂੰ ਦੱਸ ਦਿਓ ਇੱਕ ਵਾਰੀ ਵੀ ਹੁਣ ਤੱਕ ਵੀ ਕੋਈ ਮਿਲਿਆ? ਸਕੈਨ ਦੀ ਇੱਕ ਦਿਖਾਈ ਸੀ, ਉਹਦੇ ਕੋਈ ਡੇਟ ਦੀ ਕਟਿੰਗ ਕੀਤੀ ਆ ਤੇ ਲੜਕੀ ਦੀ ਏਜ ਦੀ ਵੀ ਕੋਈ ਡਿਫਰੈਂਸ ਆ? ਉਹਦਾ ਸਾਡੇ ਨਾਲ ਕੋਈ ਤਾਲੁਕ ਨਹੀਂ ਪੈਂਦਾ ਜੀ, ਉਹਨਾਂ ਦਾ ਤਾਲੁਕ ਨਹੀਂ, ਉਹ ਤਾਂ ਤੁਸੀਂ ਮੀਟਿੰਗ ਵਾਲੇ ਆਪੇ ਫੜ ਲਓ ਗੱਲ ਨੂੰ, ਉਹ ਤੁਸੀਂ ਆਪ ਸਮਝਦਾ ਹੋ, ਉਹ 'ਚ ਸਾਡਾ ਕੋਈ ਰੋਲ ਆ ਮੈਨੂੰ ਦੱਸੋ ਹੈ ਜੀ, ਅੱਗੇ ਕੰਮ ਹੁੰਦਾ ਦੂਜਾ, ਅਗਲੇ ਦਾ ਸਮਾਨ ਅਗਲੇ ਹੁੰਦੇ ਨਾ, ਅਸੀਂ ਕੋਲ ਰੱਖਣ ਵਾਲੇ।